कोरोना महामारी रुकना नाम नहीं ले रही है। जेकर गल करिए पटियाला दी तां दिन प्रतिदिन कोविड 19 दा प्रकोप वधदा जा रहा है। तोपखाना मोड़ सब्जी मंडी ते कई नेड़ले इलाके कंटेनमेंट जोन घोषित कर दिते गए ने। इस सब नूं वेखदिआं पटियाला मैजिस्ट्रेट ने पार्कां च सैर करन आए लोकां लई वी खास हदायतां जारी कीतीआं ने, जिवें मास्क पाउणा, सोशल डिस्टेंस दा ध्यान रखना। पर अजे कुछ लोग इन्हां हदायतां दी पालना करदे नहीं दिखाई दे रहे। अजिहा ही मामला बारादरी गार्डन च सामने आया है, जिथे सैर करन आए लोकां दे मास्क नहीं पाए हुए सन। लोकां ने मन्निया तां जरूर है कि मास्क लगाउण दे फायदे ने, पर इस ते अमल करदे नहीं दिखाई दे रहे। ਸਾਨੂੰ ਨਹੀਂ ਸਮਝਦੇ ਕਿ ਸਾਨੂੰ ਪੰਜਾਬ ਸਰਕਾਰ ਵੱਲੋਂ ਤੋਂ ਦਿੱਤੀਆਂ ਗਈਆਂ ਹਦਾਇਤਾਂ ਦੇ ਵਿੱਚ ਉਹ ਸਾਨੂੰ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਸਾਨੂੰ ਮਾਸਕ ਲਾਉਣਾ ਚਾਹੀਦਾ ਜਿਹਦੇ ਵਿੱਚ ਅਸੀਂ ਮਹਾਮਾਰੀ ਤੋਂ ਬਚ ਸਕੀਏ। ਉਹ ਸਰਕਾਰ ਸਾਡੇ ਵਾਸਤੇ ਸੋਚ ਯਾਨੀ ਕਿ ਸਾਨੂੰ ਕਹਿ ਰਹੀ ਹੈ, ਅਸੀਂ ਉਸ ਬਾਰੇ ਨਹੀਂ ਸੋਚਦੇ। ਫਿਰ ਕੱਲ੍ਹ ਨੂੰ ਬਿਮਾਰੀ ਫੈਲਦੀ ਹੈ, ਫਿਰ ਅਸੀਂ ਸਰਕਾਰ ਨੂੰ ਦੋਸ਼ ਦੇਈ ਜਾਂਦੇ ਹਾਂ। ਲੋਕ ਪਾਰਕਾਂ ਦੇ ਵਿੱਚ ਬਿਨਾਂ ਮਾਸਕਾਂ ਤੋਂ ਘੁੰਮ ਰਹੇ ਨੇ, ਅਤੇ ਕੀ ਹੋ ਗਈ? ਇਹ ਬੇਵਕੂਫੀ ਆ ਛੋਟੇ ਵੀਰ। ਜਦ ਗੌਰਮੈਂਟਾਂ ਕਹਿ ਰਹੀਆਂ, ਸਰਕਾਰਾਂ ਕਹਿ ਰਹੀਆਂ, ਠੀਕ ਹੈ ਜੀ, ਉਹ ਮਹਾਰਾਜ ਹੁਣ ਤਾਂ ਰਾਸ਼ਟਰਪਤੀ ਟਰੰਪ ਹੈ, ਉਸ ਤੋਂ ਵੱਡੀ ਪਾਵਰ ਤਾਂ ਕੋਈ ਨਹੀਂ ਹੈ। ਅਮੈਰੀਕਾ ਵਾਲੇ ਉਹ ਆਪ ਉਹਨੇ ਵੀ ਲਾ ਲਿਆ। ਰੋਜ਼ ਪ੍ਰਾਈਮ ਮਿਨਿਸਟਰ ਕਹਿ ਰਹੇ, ਸਾਡੇ ਪ੍ਰੈਜੀਡੈਂਟ ਕਹਿ ਰਹੇ, ਆਪਣੇ ਮੁੱਖ ਮੰਤਰੀ ਸਾਹਿਬ ਕਹਿ ਰਹੇ, ਕੈਪਟਨ ਅਮਰਿੰਦਰ ਸਾਹਿਬ ਰੋਜ਼ ਦੇ ਰਹੇ ਹੈ, ਰੋਜ਼ ਦੇ ਰਹੇ ਹਾਂ ਟੀਵੀ ਦੇ ਉੱਤੇ ਕਿ ਭਾਈ ਮਾਸਕ ਲਾ ਕੇ ਰੱਖੋ। ਨਾਲੇ ਖਾਸ ਕਰ ਜਿਹੜੇ ਇੱਦਾਂ ਆਉਂਦੇ ਆ ਪਾਰਕਾਂ ਦੇ ਵਿੱਚ, ਭੀੜ ਇਕੱਠੀ ਨਾ ਕਰੋ, ਹਾਂਜੀ। ਅਤੇ ਜੇ ਤੁਹਾਨੂੰ ਕੋਈ ਜ਼ਰੂਰੀ ਕੰਮ ਹੈ ਤਾਂ ਹੀ ਬਾਹਰ ਨਿਕਲੋ, ਨਹੀਂ ਆਪਣੇ ਘਰਾਂ 'ਚ ਸੇਫ ਰਹੋ। ਇੱਕ ਬੰਦੇ ਨੂੰ ਤੁਸੀਂ ਹਿਸਾਬ ਲਾਓ, ਇੱਕ ਬੰਦੇ ਨੂੰ ਹੋਏਗਾ ਜੇ, ਇੱਕ ਬੰਦੇ ਨੂੰ ਹੁੰਦਾ ਜੀ, ਉਹ ਕਿੰਨੇ ਬੰਦਿਆਂ ਨੂੰ ਨਾਲ ਖਰਾਬ ਕਰੇਗਾ, ਪਰਿਵਾਰ ਨੂੰ ਕਰੇਗਾ, ਮਿੱਤਰ ਪਿਆਰਿਆਂ ਨੂੰ ਕਰੇਗਾ, ਕੋਈ ਤੇਰੇ ਮੇਰੇ ਵਰਗੇ ਨੂੰ ਕਰੇਗਾ, ਜਿਹਦੇ ਵਿੱਚ ਖੜੇਗਾ। ਇਹ ਹੁਣ ਤਾਂ ਕਹਿੰਦੇ ਹਵਾ ਦੇ ਵਿੱਚ ਆ ਗਿਆ, ਇਸ ਕਰਕੇ ਮਾਸਕ ਲਾਉਣਾ ਬਹੁਤ ਜ਼ਰੂਰੀ ਹੈ। ਪਟਿਆਲਾ ਤੋਂ ਬਿਊਰੋ ਰਿਪੋਰਟ, NC7 ਨਿਊਜ਼।